Uh, welcome students this is the third video related to the chapter that is the methods of wage payment and types of the compensation and the incentives uh, in the uh, third video we are going to discuss uh, the various uh, topics related to the compensation and incentives and uh, various uh, monetary and non-monetary incentives as well as how many types of the uh, monetary uh, incentives as well as the non-monetary incentives. in the previous video, we have discussed the meaning of the wage payment and uh, what are the various methods are used in the wage payment, like time-based pay system, piece rate system, etc. so, first of all, what is the compensation and incentives? what is a compensation? it is the reward, wage, or salary. विच इज़ गिवन बाय द ऑरगनाइजेशन टू अ परसन ऑर ग्रुप ऑफ परसन इन रिटर्न टू अ वर्क टर्न ऑर ऑर सर्विस रैंड बाय दैम फॉर द फुलफिलमेंट ऑफ द ऑरगनाइजेशन गोल्स कंपनसेशन की होंगे रहा जी इन आप रिवॉर्ड कह सीक है जहाँ कह सकते कि वेज भी हो सकती है मजदूरी हो सकती है किसी न मतलब कुछ न कुछ बदले नहीं प्रोवाइड करना अगर सू अपिज प्रोवाइड कर रहे हैं ਠੀਕ ਹੈ ਜਦ ਮਤਲਬ ਆਰਗੇਨਾਈਜੇਸ਼ਨ ਦੇ ਵਿੱਚ ਰੈਕ ਕਿਉਂ ਕੰਮ ਕਰ ਰਿਹਾ ਹੈ ਅੱਛਾ ਕੰਮ ਕਰ ਰਿਹਾ ਹੈ ਤਾਂ ਉਹਨੂੰ ਉਸੇ ਬਦਲੇ ਵਿੱਚ ਕੀ ਦਵਾਂਗੇ ਕੁਛ ਨਾ ਕੁਛ ਪੇਮੈਂਟ ਕਰਾਂਗੇ ਠੀਕ ਹੈ ਮੌਨਟਰੀ ਫਾਰਮ ਚ ਵੀ ਹੋ ਸਕਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਨੋਨ ਮੌਨਟਰੀ ਫਾਰਮ ਚ ਵੀ ਉਹਨੂੰ ਕੁਛ ਨਾ ਕੁਛ ਦੇ ਦਾਂਗੇ ਠੀਕ ਹੈ 댓 ਇਜ਼ ਨੋਨ ਐਸ ਦਾ ਕੰਪੰਸੇਸ਼ਨ ਜਿਦੇ ਵਿੱਚ ਰਿਵਾਰਡ ਆ ਸਕਦੇ ਨੇ ਵੇਜਸ ਆ ਸਕਦੀਆਂ ਨੇ ਸੈਲਰੀਜ਼ ਆ ਸਕਦੀਆਂ ਨੇ ਜਿਹੜੀਆਂ ਕਿਸੇ ਵੀ ਆਰਗੇਨਾਈਜੇਸ਼ਨ ਦੁਆਰਾ ਠੀਕ ਹੈ ਕਿਸੇ ਵੀ ਪਰਸਨ ਨੂੰ ਜਾਂ ਗਰੁੱਪ ਆ ਪਰਸਨਸ ਨੂੰ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਜੋ ਕਿਉਂ ਕੀਤਾ ਜਾਏਗਾ ਕਿਉਂਕਿ ਉਸ ਪਰਸਨ ਨੇ ਸਾਡੇ ਆਰਗੇਨੀਸ਼ਨ ਚ ਰਹਿ ਕੇ ਕੰਮ ਕੀਤਾ ਹੁੰਦਾ ਠੀਕ ਹੈ ਜੀ ਸੋ ਇਹਦੇ ਵਿੱਚ ਆਪਾਂ ਮੋਨਿਟਰੀ ਜਾਂ ਨੋਨ ਮੋਨਿਟਰੀ ਮੈਂ ਤੁਹਾਨੂੰ ਦੱਸਿਆ ਕਿ ਆ ਸਕਦੇ ਨੇ ਇਨਸੈਂਟਿਵਸ ਆ ਸਕਦੇ ਨੇ ਠੀਕ ਹੈ ਜੀ ਜਿਹਦੇ ਵਿੱਚ ਮੋਨਿਟਰੀ ਦੇ ਵਿੱਚ ਆ ਜਾਏਗਾ ਜਿਵੇਂ ਆਪਾਂ ਐਗਜ਼ਾਮਪਲ ਲੈ ਲੈਂਦੇ ਜਿਵੇਂ ਪੇਮੈਂਟ ਆਫ ਵੇਜਸ ਹੋਗੇ ਡੀ ਐਨ ਐਸ ਅਲਾਉਨਸਸ ਹੋਗੇ ਬੋਨਸਸ ਹੋਗੇ ਠੀਕ ਹੈ ਜਾਂ ਹੋਰ ਇਸੇ ਤਰ੍ਹਾਂ ਦੇ ਅਲਾਉਨਸਸ ਵੀ ਹੋ ਸਕਦੇ ਨੇ ਜਿਹੜੇ ਮੋਨਿਟਰੀ ਮਤਲਬ ਇਨਸੈਂਟਿਵਸ ਦੇ ਵਿੱਚ ਜਾਂ ਕੰਪਨਸੇਸ਼ਨ ਦੇ ਵਿੱਚ ਆ ਸਕਦੇ ਨੇ ਐਂਡ ਉਸ ਤੋਂ ਬਾਅਦ ਨਾਨ ਮੌਨਟਰੀ ਦੀ ਐਗਜ਼ਾਮਪਲ ਹੋ ਸਕਦੀ ਜਿਵੇਂ ਗੁੱਡ ਅਕਾਮੋਡੇਸ਼ਨ ਫੈਸਿਲਿਟੀ ਦੇਤੀ ਹਮ ਅਕਾਮੋਡੇਸ਼ਨ ਦਾ ਮਤਲਬ ਹੁੰਦਾ ਹੈ ਕਿ ਹਾਊਸਿੰਗ ਫੈਸਿਲਿਟੀ ਦੇਤੀ ਕਿਸੇ ਵੀ ਆਪਣੇ EMPLOYE ਨੂੰ ਥੈਨ ਐਜੂਕੇਸ਼ਨ ਆਫ ਚਿਲਡਰਨ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਦੀ then free transport, uh, transport facilities ਦਿੱਤੀਆਂ ਠੀਕ ਹੈ ਜੀ ਸਬਸਿਡਾਈਜ਼ਡ ਰਾਸ਼ਨ ਪ੍ਰੋਵਾਈਡ ਕਰਤਾ ਇਸ ਸਾਧੇ ਸਾਰੇ ਨਾਨ ਮਾਨਟਰੀ ਮਤਲਬ ਕੰਪੰਸੇਸ਼ਨ ਫਾਰਮ ਚ ਕਿਸੇ ਵੀ এমਪਲੋਈ ਨੂੰ ਪ੍ਰੋਵਾਈਡ ਕਿਤੇ ਜਾ ਸਕਦੇ ਨੇ ਜਦੋਂ ਕੋਈ এমਪਲੋਈ ਸਾਡੀ ਆਰਗੇਨਾਈਜੇਸ਼ਨ ਦੇ ਵਿੱਚ ਵਰਕ ਕਰਦਾ ਠੀਕ ਹੈ ਗੁੱਡ ਫੈਸਿਲਿਟੀਆਂ ਪ੍ਰੋਵਾਈਡ ਕਰਦੇ ਠੀਕ ਹੈ ਜੀ ਤਾਂ ਆਪਾਂ ਕਲਾਸੀਫਿਕੇਸ਼ਨ ਆਫ ਕੰਪੰਸੇਸ਼ਨ ਦੇ ਵਿੱਚ ਪੜ੍ਹ ਲੈਣੇ ਆ ਜਿਵੇਂ ਆ ਜਾਂਦਾ ਹੈ ਬੇਸਿਕ ਕੰਪੰਸੇਸ਼ਨ ਇਨਸੈਂਟਿਵ ਕੰਪੰਸੇਸ਼ਨ ਨੈਕਸਟ ਆ ਜਾਂਦਾ ਹੈ ਸਪਲੀਮੈਂਟਰੀ ਕੰਪੰਸੇਸ਼ਨ ਅ ਬੇਸਿਕ ਕੰਪਨਸੇਸ਼ਨ ਕਿਹੜਾ ਹੁੰਦਾ ਜਿਵੇਂ ਆਪਾਂ ਬੇਸਿਕ ਜੋ ਵੀ ਪੇ ਫਿਕਸ ਕੀਤੀ ਹੁੰਦੀ ਹੈ ਉਹਨੂੰ ਆਪਾਂ ਪ੍ਰੋਵਾਈਡ ਕਰ ਦਿੰਦੇ ਆਂ दैट इज द ਬੇਸਿਕ ਕੰਪਨਸੇਸ਼ਨ ਇਨਸੈਂਟਿਵ ਕੰਪਨਸੇਸ਼ਨ ਕਿਹੜਾ ਹੋਏਗਾ ਜਿਦੇ ਵਿੱਚ ਆਪਾਂ ਮੋਨੈਟਰੀ ਤੇ ਨਾਨ ਮੋਨੈਟਰੀ ਕੰਪਨਸੇਸ਼ਨ ਦੀ ਗੱਲ ਕੀਤੀ ਹੈ ਜਿਹੜੇ ਆਪਾਂ ਆਲਰੇਡੀ ਐਗਜ਼ਾਮਪਲ ਲਈਏ ਦੋਨਾਂ ਦੀ ਤੇ ਸਪਲੀਮੈਂਟਰੀ ਕੰਪਨਸੇਸ਼ਨ ਦੇ ਵਿੱਚ ਕੀ ਆਏਗਾ ਜਿਦੇ ਵਿੱਚ ਆਪਾਂ ਕੋਈ ਨਾ ਕੋਈ ਐਡੀਸ਼ਨਲ ਮੋਨੈਟਰੀ ਕੰਪਨਸੇਸ਼ਨ ਪ੍ਰੋਵਾਈਡ ਕਰਾਂਗੇ ਕਿਨਾਂ ਨੂੰ ਗਰੁੱਪ ਆਫ ਪਰਸਨਸ ਨੂੰ ਠੀਕ ਹੈ ਜੀ ਸੋ ਥੀਸ ਆਰ ਦਾ ਕਲਾਸੀਫਿਕੇਸ਼ਨ ਆਫ ਦਾ ਕੰਪਨਸੇ ਨੈਕਸਟ ਆ ਜਾਂਦਾ ਜੀ ਵਾਟ ਇਜ਼ ਇਨਸੈਂਟਿਵ ਇਨਸੈਂਟਿਵ ਕੀ ਹੁੰਦਾ ਹੈ ਇਨਸੈਂਟਿਵ ਬੇਸਿਕਲੀ ਆਪਾਂ ਕਿਉਂ ਕਰਦੇ ਹਾਂ ਤਾਂ ਕਿ ਸੀ ਇੰਡਿਊਸ ਕਰਦੇ ਆ ਤੇ ਸਟੀਮੂਲੇਟ ਕਰਦੇ ਆ ਇੰਡਿਊਸ ਦਾ ਮਤਲਬ ਕੀ ਹੁੰਦਾ ਹੈ ਕਿ ਲੋਕਾਂ ਨੂੰ ਮਤਲਬ ਆ ਮੋਟੀਵੇਟ ਕਰਨਾ ਠੀਕ ਹੈ ਐਂਡ ਸਟੀਮੂਲੇਟ ਦਾ ਮਤਲਬ ਹੁੰਦਾ ਹੈ ਉਤੇਜਿਤ ਕਰਨਾ ਠੀਕ ਹੈ ਕਿਸੇ ਵੀ ਪਰਸਨ ਨੂੰ ਜਿਹੜਾ ਸਾਡੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਿਹਾ ਠੀਕ ਹੈ ਤਾਂ ਕਿ ਉਹ ਆਪਣੇ ਗੋਲਸ ਦੇ ਲਈ ਆ ਅੱਛੇ ਤਰੀਕੇ ਨਾਲ ਰਿਸਪੌਂਡ ਕਰ ਸਕਣ ਠੀਕ ਹੈ ਡਿਜ਼ਾਇਰਡ ਮੈਨਰ ਦੇ ਵਿੱਚ ਜੋ ਤੁਸੀਂ ਇੱਕ ਪ੍ਰੋਪਰ ਉਹਨੂੰ ਤਰੀਕਾ ਪ੍ਰੋਵਾਈਡ ਕੀਤਾ ਹੈ ਕਿ ਤੁਸੀਂ ਨੇ ਦਿਸ ਦਿਸ ਇਸ ਦਾ ਮੈਥਡ ਦਿਸ ਇਸ ਦਾ ਸਟੈਂਡਰਡ ਯੂ हैव टू ਫਾਲੋ ਥੈਟ ਪਾਰਟिकुलर ਸਟੈਂਡਰਡ ਐਂਡ ਯੂ हैव टू ਅ ਅਚੀਵ ਥੈਟ ਪਾਰਟिकुलर ਗੋਲ ਥੈਟ ਇਜ਼ ਨੋਨ ਐਜ਼ ਅ ਇਨਸੈਂਟਿਵ ਠੀਕ ਹੈ ਜੀ ਤਾਂ ਉਹ ਅਗਰ ਉਸ ਤੇ ਅਕੋਰਡਿੰਗਲੀ ਵਰਕ ਕਰਨਗੇ ਤਾਂ ਉਹਨੂੰ ਆਪਾਂ ਇਨਸੈਂਟਿਵ ਕਹਿ ਦਾਂਗੇ ਜਿਹਦੇ ਵਿੱਚ ਬੇਸਿਕਲੀ ਮੋਟੀਵੇਟ ਕੀਤਾ ਜਾਂਦਾ ਲੋਕਾਂ ਨੂੰ ਠੀਕ ਹੈ ਪੀਪਲ ਕੌਣ ਹੋਣਗੇ ਜਿਹੜੇ ਵੀ ਸਾਡੇ ਆਰਗੇਨਾਈਜੇਸ਼ਨ ਵਿੱਚ ਕੰਮ ਕਰ ਰਹੇ ਨੇ ਠੀਕ ਹੈ ਜਾਂ ਆਪਾਂ ਹੀ ਕਹਿ ਸਕਦੇ ਆ ਕਿ ਉਹ ਆਪਣੇ ਰਿਜ਼ਲਟਸ ਨੂੰ ਆਪਣੀ ਨੀਡਸ ਨੂੰ ਕਿੱਦਾਂ ਪੂਰਾ ਕਰਵਾਵਾਂਗੇ ਆਪਾਂ ਇਨਸੈਂਟਿਵਸ ਥਰੂ ਕਰਵਾਵਾਂਗੇ ਠੀਕ ਹੈ ਜੀ ਤਾਂ ਮੋਟੀਵੇਟ ਕਰਨਾ ਲੋਕਾਂ ਨੂੰ ਜਿਹੜੇ ਕੰਮ ਕਰ ਰਹੇ ਨੇ ਮੈਨੇਜਮੈਂਟ ਡਿਫਰੈਂਟ ਡਿਫਰੈਂਟ ਮੋਟੀਵੇਟਰਸ ਯੂਜ਼ ਕਰਦੀ ਹੈ ਜਿਹਦੇ ਨਾਲ ਪੀਪਲ ਜਿਹੜੇ ਹੋਣਗੇ ਜਿਹੜੇ ਗਰੁੱਪ ਆਫ ਪਰਸਨਸ ਹੋਣਗੇ ਇੰਡਿਊਸ ਹੋਣਗੇ ਤਾਂ ਕਿ ਉਹ ਹਾਰਡ ਵਰਕ ਕਰ ਸਕਣ ਤਾਂ ਕਿ ਉਹਦੇ ਜਿਹੜੇ ਆਰਗੇਨਾਈਜੇਸ਼ਨ ਗੋਲਸ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਜਿਸ ਦੇ ਵਿੱਚ ਇਨਸੈਂਟਿਵ ਦੇ ਵਿੱਚ ਵੀ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਜਿਹੜੀ ਮਨੀ ਹੁੰਦੀ ਹੈ ਜਨਨ ਕਿ ਜਿਹੜੇ ਮੋਨਟਰੀ ਮਤਲਬ ਇੱਕ ਕੰਪਨਸੇਸ਼ਨ ਹੋਏਗਾ ਜਾਂ ਇਨਸੈਂਟਿਵ ਜਿਹੜੇ ਹੋਣਗੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਠੀਕ ਹੈ ਬਟ ਮਨੀ ਇਸ ਨਾਟ ਆਨਲੀ ਦਾ ਮੋਟੀਵੇਟਰ ਠੀਕ ਹੈ ਮਨੀ ਇਕੱਲਾ ਹੀ ਮੋਟੀਵੇਟਰ ਨਹੀਂ ਹੁੰਦਾ ਕਹਿੰਦੇ ਹੋਰ ਵੀ ਆਪਣੇ ਨਾਨ ਫਾਈਨੈਂਸ਼ੀਅਲ ਇਨਸੈਂਟਿਵ ਜਿਹੜੇ ਨੇ ਆਪਣੇ ਕੋਲ ਅਵੇਲੇਬਲ ਨੇ ਜਿਹੜੇ ਸਾਨੂੰ ਅ ਅਸੀਂ ਐਡੀਸ਼ਨਲ ਫਾਰਮ ਦੇ ਵਿੱਚ ਯੂਜ਼ ਕਰ ਸਕਦੇ ਹਾਂ ਫਾਈਨੈਂਸ਼ੀਅਲ ਇਨਸੈਂਟਿਵਸ ਦੇ ਵਿੱਚ ਠੀਕ ਹੈ ਜੀ ਨੈਕਸਟ ਸੋ ਆਪਾਂ ਨੈਕਸਟ ਟਾਪਿਕ ਕਰ ਲੈਨੇ ਆ ਕਿ ਮੋਨਿਟਰੀ ਤੇ ਨੋਨ ਮੋਨਿਟਰੀਸ ਜਾਂ ਟਾਈਪਸ ਹੁਣ ਆਪਾਂ ਪੜਾਂਗੇ ਕਿ ਇਨਸੈਂਟਿਵਸ ਆਪਾਂ ਆਲਰੇਡੀ ਕਲਾਸੀਫਿਕੇਸ਼ਨ ਆ ਕੰਪਨਸੇਸ਼ਨ ਦੇ ਵਿੱਚ ਡਿਸਕਸ ਕੀਤਾ ਹੈ ਕਿ ਮੋਨਿਟਰੀ ਤੇ ਨੋਨ ਮੋਨਿਟਰੀ ਟਾਈਪ ਦੇ ਹੋ ਸਕਦੇ ਨੇ ਠੀਕ ਹੈ ਜੀ ਤਾਂ ਹੁਣ ਆਪਾਂ ਅੱਗੇ ਡਿਸਕਸ ਕਰਾਂਗੇ ਇਨਸੈਂਟਿਵਸ ਦੇ ਪਾਰਟਸ ਸੋ ਫਰਸਟ ਆਜ਼ ਇਨ ਮੋਨਿਟਰੀ ਮੋਨਿਟਰੀ ਦਾ ਮਤਲਬ ਮਨੀ ਰਿਲੇਟਡ ਹੋਏਗਾ ਠੀਕ ਹੈ ਜੀ ਨੋਨ ਮੋਨਿਟਰੀ ਕਿਹੜੇ ਹੋਣਗੇ ਜਿਹੜੇ ਫਾਈਨੈਂਸ਼ੀਅਲ ਮਤਲਬ ਨਹੀਂ ਹੋਣਗੇ ਠੀਕ ਹੈ ਜੀ ਤਾਂ ਇਨਸੈਂਟਿਵਸ ਨੂੰ ਅੱਗੇ ਫਰਦਰ ਆਪਾਂ ਕਰ ਅ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਲੈਣੇ ਆ ਜਿਵੇਂ ਫਾਈਨੈਂਸ਼ੀਅਲ ਨਾਨ ਫਾਈਨੈਂਸ਼ੀਅਲ ਐਂਡ ਨਾਨ ਮੋਨਟਰੀ ਐਂਡ ਨਾਨ ਫਾਈਨੈਂਸ਼ੀਅਲ ਇਨਸੈਂਟਿਵਸ ਦੇ ਵਿੱਚ ਠੀਕ ਹੈ ਫਸਟ ਆ ਜਾਂਦਾ ਹੈ ਫਾਈਨੈਂਸ਼ੀਅਲ ਐਂਡ ਮੋਨਟਰੀ ਇਨਸੈਂਟਿਵਸ ਫਾਈਨੈਂਸ਼ੀਅਲ ਇਨਸੈਂਟਿਵਸ ਕਿਹੜੇ ਹੋਣਗੇ ਜਿਹੜੇ ਵੀ ਫਾਈਨੈਂਸ਼ੀਅਲ ਇਨਸੈਂਟਿਵਸ ਹੋਣਗੇ ਬੇਸਿਕਲੀ ਉਹਦੇ ਵਿੱਚ ਕੀ ਹੋਏਗਾ ਕਿ ਮਨੀ ਨੂੰ ਹੀ ਬੇਸਿਕ ਮੋਟੀਵੇਟਰ ਮੰਨਿਆ ਜਾਂਦਾ ਜਿਹੜੇ ਵੀ ਆਪਣੇ এমਪਲੋਈਜ਼ ਹੋਣਗੇ ਉਹਨਾਂ ਨੂੰ ਆਪਾਂ ਮਤਲਬ ਮਨੀ ਨੂੰ ਬੇਸਿਕ ਮੋਟੀਵੇਟਰ ਮੰਨ ਕੇ ਹੀ ਆਪਣੇ ਇਨਸੈਂਟਿਵਸ ਜਿਹੜੇ ਹੋਣਗੇ ਪ੍ਰੋਵਾਈਡ ਕੀਤੇ ਜਾਣਗੇ ਠੀਕ ਹੈ ਜੀ ਤਾਂ ਉਹਨਾਂ ਦੀ ਪ੍ਰਾਇਮਰੀ ਜਿਹੜੀ ਨੀਡਸ ਹੋਣਗੀਆਂ ਉਹ ਜਸਟ ਆਪਾਂ ਮਨੀ ਦੇ ਨਾਲ ਹੀ ਪੂਰਾ ਕਰਾਂਗੇ ਠੀਕ ਹੈ ਜੀ ਤਾਂ ਜਿਹੜੇ ਫਾਈਨੈਂਸ਼ੀਅਲ ਇਨਸੈਂਟਿਵਸ ਹੁੰਦੇ ਨੇ ਟੂ ਕਾਈਂਡਸ ਦੇ ਹੁੰਦੇ ਨੇ ਜਾਂ ਟੂ ਟਾਈਪਸ ਦੇ ਹੁੰਦੇ ਨੇ ਜਿਹਦੇ ਵਿੱਚ ਆ ਜਾਏਗਾ ਫਰਸਟ ਆ ਜਾਏਗਾ ਇੰਡੀਵਿਜੂਅਲ ਫਾਈਨੈਂਸ਼ੀਅਲ ਇਨਸੈਂਟਿਵਸ ਨੈਕਸਟ ਆ ਜਾਏਗਾ ਗਰੁੱਪ ਫਾਈਨੈਂਸ਼ੀਅਲ ਇਨਸੈਂਟਿਵਸ ਜਾਂ ਕਲੈਕਟਿਵ ਇਨਸੈਂਟਿਵ ਸਿਸਟਮਸ ਇੰਡੀਵਿਜੂਅਲ ਫਾਈਨੈਂਸ਼ੀਅਲ ਇਨਸੈਂਟਿਵਸ ਦਾ ਮਤਲਬ ਕੀ ਹੁੰਦਾ ਹੈ ਜਾਂ ਗਰੁੱਪ ਫਾਈਨੈਂਸ਼ੀਅਲ ਇਨਸੈਂਟਿਵਸ ਦਾ ਮਤਲਬ ਕੀ ਹੁੰਦਾ ਆਪਾਂ ਡਿਸਕਸ ਕਰ ਲੈਣੇ ਵਨ ਬਾਈ ਵਨ ਆਹ ਕਹਿੰਦੇ ਉਹ ਫਾਈ individuals ਨੂੰ induce ਕਰਦੇ ਨੇ ਤਾਂ ਕਿ ਉਹ production maximum ਕਰ ਸਕਣ ਠੀਕ ਹੈ ਫੋਰ एग्जांपल ਹੈਲਸੀ 플ਾਨ ਹੋ ਗਿਆ ਰੋਵਨ ਦਾ 플ਾਨ ਹੋ ਗਿਆ ਟੇਲਰਜ਼ ਇਨਸੈਂਡਿੰਗ 플ਾਨਸ ਹੋ ਗਏ ਠੀਕ ਹੈ ਇਹ ਸਾਰੇ ਦੇ ਸਾਰੇ ਜਿਹੜੇ 플ਾਨਸ ਨੇ ਇਹ ਇੰਡੀਵਿਜੂਅਲ ਫਾਈਨੈਂਸ਼ੀਅਲ ਇਨਸੈਂਟਿਵਸ ਨਾਲ ਰਿਲੇਟਡ ਡੀਲ ਕਰਦੇ ਨੇ ਠੀਕ ਹੈ ਜੀ ਐਂਡ ਅ ਇਸ ਤੋਂ ਇਲਾਵਾ ਜਿਹੜੇ ਗਰੁੱਪ ਫਾਈਨੈਂਸ਼ੀਅਲ ਇਨਸੈਂਟਿਵਸ ਹੋਣਗੇ ਜਾਂ ਕਲੈਕਟਿਵ ਇਨਸੈਂਟਿਵ ਪਲੈਨਸ ਹੋਣਗੇ ਉਹ ਕਿਹੜੇ-ਕਿਹੜੇ ਹੋਣਗੇ ਜਿਵੇਂ ਬੋਨਸ ਸ਼ੇਅਰਿੰਗ ਹੋ ਗਿਆ ਪ੍ਰੋਫਿਟ ਸ਼ੇਅਰਿੰਗ ਹੋ ਗਿਆ ਠੀਕ ਹੈ ਸੋ ਥੀਸ ਆਰ ਦਾ ਜਿਹੜੇ ਆਪਣੇ ਗਰੁੱਪ ਦੀ ਪਰਫਾਰਮੈਂਸ ਨੂੰ ਰੇਜ਼ ਕਰਨ ਦੇ ਲਈ ਇੰਪੋਰਟੈਂਟ ਹੁੰਦੇ ਨੇ ਠੀਕ ਹੈ ਜੀ ਸੋ ਥੀਸ ਆਰ ਦਾ ਗਰੁੱਪ ਮਤਲਬ ਗਰੁੱਪ ਫਾਈਨੈਂਸ਼ੀਅਲ ਇਨਸੈਂਟਿਵਸ ਐਂਡ ਇਨਸੈਂਟਿਵ ਸਿਸਟਮ ਸੋ ਵਨ ਬਾ ਵਨ ਆਪਾਂ ਹੁਣ ਡਿਸਕਸ ਕਰਦੇ ਹਾਂ ਇੰਡੀਵਿਜੂਅਲ ਫਾਈਨੈਂਸ਼ੀਅਲ ਇਨਸੈਂਟਿਵ ਮੈਥਡਸ ਕਿਹੜ ਸੈਲਰੀ ਪਲਾਨ ਜਿਹੜਾ ਇਹ ਬੇਸਿਕਲੀ ਆਪਾਂ ਕਹਾਂਗੇ ਕਿ ਟਾਈਮ ਬੇਸਡ ਸਿਸਟਮ ਹੋ ਗਿਆ ਜਦ ਪੀਸ ਵੇ ਸਿਸਟਮ ਜਿਹੜਾ ਹੈ ਉਹਦਾ ਇੱਕ ਬਲੈਂਡਿੰਗ ਫਾਰਮ ਹੈ ਠੀਕ ਹੈ ਜਿਹੜਾ ਐਫਏ ਹੈਲਸੀ ਦੁਆਰਾ ਪ੍ਰੋਵਾਈਡ ਕੀਤਾ ਗਿਆ ਔਨ ਦਾ ਵਨ ਹੈਂਡ ਇਟ ਇਨਸ਼ੂਰਸ ਅ ਮਿਨੀਮਮ ਵੇਜੇਸ ਔਨ ਦਾ ਅਦਰ ਹੈਂਡ ਇਟ ਪ੍ਰੋਵਾਈਡਸ ਇਨਸੈਂਟਿਵ ਫॉर ਦਾ ਮੋਰ ਪ੍ਰੋਡਕਸ਼ਨ ਇੱਕ ਜਗ੍ਹਾ ਤੇ ਤਾਂ ਆਪੇ ਕਹਾਂਗੇ ਕਿ ਆਪਾਂ ਨੂੰ ਮਿਨੀਮਮ ਵੇਜੇਸ ਵੀ ਕੀ ਕਰਦਾ ਇਨਸ਼ੂਰ ਕਰਦਾ ਇਸ ਮੈਥਡ ਦੇ ਵਿੱਚ ਕੀ ਹੋ ਗਿਆ ਕਿ ਤੁਹਾਨੂੰ ਮਿਨੀਮਮ ਵੇਜੇਸ ਤਾਂ ਹਾਂ 100% ਸ਼ੋਰ ਹੈ ਕਿ ਮਿਲੇਗੀ ਮਿਲੇਗੀ ਠੀਕ ਹੈ ਪਲਸ ਨਾਲ ਕੀ ਹੋਏਗਾ ਕਿ ਤੁਹਾਨੂੰ ਇਹ ਵੀ ਹੋਏਗਾ ਕਿ ਤੁਸੀਂ ਨੇ ਇਹ ਵੀ ਤੁਹਾਨੂੰ ਇੰਡਿਊਸ ਕੀਤਾ ਜਾਏਗਾ ਮੋਟੀਵੇਟ ਕੀਤਾ ਜਾਏਗਾ ਕਿ ਤੁਸੀਂ ਮੈਕਸਮਮ ਪ੍ਰੋਡਕਸ਼ਨ ਕਰਨੀ ਹੈ ਠੀਕ ਹੈ ਸੋ ਇਸ ਪਲਾਨ ਦੇ ਅਕੋਰਡਿੰਗਲੀ ਇਹ ਹੁੰਦਾ ਕਿ ਵਰਕਰ ਜਿਹੜਾ ਹੋਏਗਾ ਉਹਨੂੰ ਆਰਲੀ ਰੇਟ ਦੇ ਬੇਸਿਸ ਤੇ ਬੇਸਿਸ ਆਰਲੀ ਬੇਸਿਸ ਦੇ ਰੇਟ ਦੇ ਉਤੇ ਪੇਮੈਂਟ ਕੀਤੀ ਜਾਂਦੀ ਹੈ ਜਿੰਨਾ ਵੀ ਉਹ ਟਾਈਮ ਕੰਮ ਕਰਦਾ ਹੈ ਠੀਕ ਹੈ ਇਨ ਕੇਸ ਵਰਕਰ ਪ੍ਰੋਡਿਊਸ ਮੋਰ ਦੈਨ ਸਟੈਂਡਰਡ ਟਾਈਮ ਇਹ ਯਰ ਮੋਰ ਦੈਨ ਦ ਸਟੈਂਡਰਡ ਕੁਆਂਟੀਟੀ ਦੈਨ ਵਿਚ ਇਜ਼ ਲੈਡ ਔਨ ਦ ਬੇਸਿਸ ਔਫ ਦ ਐਵਰੇਜ ਪ੍ਰੋਡਕਸ਼ਨ ਹੀ ਇਸ ਪ੍ਰੋਵਾਈਡਡ ਕੰਪਨਸੇਸ਼ਨ ਇਕੁਅਲ ਟੂ ਦ 50% ਔਫ ਦ ਵੈਲਿਊ ਔਫ ਦ ਟਾਈਮ ਸੀਟ ਠੀਕ ਹੈ ਜੀ ਇਹਦਾ ਮਤਲਬ ਕੀ ਹੁੰਦਾ ਇਸਦਾ ਮਤਲਬ ਇਹ ਜੀ ਹੁੰਦਾ ਕਿ ਜਿੰਨਾ ਵੀ ਟਾਈਮ ਪੀਰੀਅਡ ਤੁਸੀਂ ਫਿਕਸ ਕਰਤਾ ਠੀਕ ਹੈ ਅਗਰ ਤੁਸੀਂ ਉਸ ਦੇ ਅਕੋਰਡਿੰਗਲੀ ਕੰਮ ਕਰਦੇ ਹੋ ਤਾਂ ਓਬਵੀਅਸ ਹੈ ਕਿ ਤੁਹਾਨੂੰ ਮਤਲਬ ਜਿੰਨਾ ਤੁਹਾਡੀ ਵੇਜਸ ਸੈਲਰੀਜ਼ ਬਣਦੀਆਂ ਨੇ ਤਾਂ ਤੁਸੀਂ ਉਸ ਦੇ ਅਕੋਰਡਿੰਗਲੀ ਤੁਹਾਨੂੰ ਇਨਸ਼ੋਰ ਹੋਏਗਾ ਕਿ ਤੁਹਾਨੂੰ ਮਿਨੀਮਮ ਵੇਜਸ ਤਾਂ ਮਿਲਣਗੇ ਮਿਲਣਗੇ ਠੀਕ ਹੈ ਬਟ ਅਗਰ ਤੁਸੀਂ ਕਹਿੰ ਠੀਕ ਹੈ ਐਂਡ ਜੋ ਕੁਆਂਟੀਟੀ ਫਿਕਸ ਕੀਤੀ ਉਸ ਤੋਂ ਤੁਸੀਂ ਮਤਲਬ ਟਾਈਮ ਪੀਰੀਅਡ ਤੋਂ ਮਤਲਬ ਲੈ ਕੇ ਅ ਟਾਈਮ ਪੀਰੀਅਡ ਤੋਂ ਕਾਟ ਟਾਈਮ ਲੈ ਕੇ ਐਂਡ ਉਸ ਤੋਂ ਬਾਅਦ ਆਪਾਂ ਕਹਾਂਗੇ ਕਿ ਜੋ ਸਟੈਂਡਰਡ ਕੁਆਲਟੀ ਮਤਲਬ ਕੁਆਂਟੀਟੀ ਫਿਕਸ ਕੀਤੀ ਸਪੋਜ਼ ਮੈਂ 50 ਮਤਲਬ ਯੂਨਿਟਸ ਮੈਂਸ਼ਨ ਕੀਤਾ ਸੀਗਾ ਕਿ ਅਗਰ ਕੋਈ EMPLOYE ठीक है 1 ਘੰਟੇ ਦੇ ਵਿੱਚ 50 ਯੂਨਿਟਸ ਪ੍ਰੋਡਿਊਸ ਕਰਦਾ ਹੈ ਠੀਕ ਹੈ ਤਾਂ ਆਬਵੀਅਸ ਹੈ ਕਿ ਉਸ ਨੂੰ ਮਤਲਬ ਪੇਮੈਂਟ ਜਿਹੜੀ ਹੋਏਗੀ ਕੰਪਨਸੇਸ਼ਨ ਦੇ ਫਾਰਮ ਦੇ ਵਿੱਚ ਰਿਸੀਵ ਕਰੇਗਾ ਠੀਕ ਹੈ ਬਟ ਅਗਰ ਉਹ 50 ਤੋਂ ਜ਼ਿਆਦਾ ਪ੍ਰੋਵਾਈਡ ਕਰੇਗਾ ਤਾਂ ਆਬਿਅਸ ਹੈ ਕਿ ਉਹਨੂੰ ਕੰਪਨਸੇਸ਼ਨ ਦੇ ਫਾਰਮ ਦੇ ਵਿੱਚ ਇਨਸੈਂਟਿਵ ਫਾਰਮ ਦੇ ਵਿੱਚ ਕੀ ਮਿਲੇਗਾ ਅ ਕੁਛ ਨਾ ਕੁਛ ਬਦਲੇ ਵਿੱਚ ਮੋਨਟਰੀ ਫਾਰਮ ਵਿੱਚ ਰੀਸੀਵ ਕਰੇਗਾ ਠੀਕ ਹੈ ਸੋ ਇਹ ਜਿਹੜਾ ਮਤਲਬ ਹੈਲਸੀ ਪਲਾਨ ਹੈ ਆਪਾਂ ਨੂੰ ਇਹ ਮਤਲਬ अर्ली ਰੇਟ ਵੀ ਪ੍ਰੋਵਾਈਡ ਕਰੇਗਾ ਕਿ ਕਿੰਨਾ ਆਪਾਂ ਨੇ ਵਰਕਰਸ ਨੂੰ ਪ੍ਰੋਵਾਈਡ ਕਰਨਾ ਹੈ ਕਿੰਨੀ ਪੇਮੈਂਟ ਕਰਨੀ ਹੈ ਜਿੰਨਾ ਉਹ ਟਾਈਮ ਕੰਮ ਕਰ ਰਿਹਾ ਇਸ ਤੋਂ ਇਲਾਵਾ ਅਗਰ ਉਹ ਸਟੈਂਡਰਡ ਕੁਆਂਟੀਟੀ ਤੋਂ ਜ਼ਿਆਦਾ ਜਾ ਕੇ ਕੰਮ ਕਰ ਰਿਹਾ ਠੀਕ ਹੈ 50 ਯੂਨਿਟਸ ਤੋਂ ਜ਼ਿਆਦਾ ਜਾ ਕੇ ਉਹ ਪ੍ਰੋਡਕਸ਼ਨ ਕਰ ਰਿਹਾ ਹੈ ਤਾਂ ਉਸ ਨੂੰ ਕੀ ਮਿਲੇਗਾ ਕੁਛ ਨਾ ਕੁਛ ਮਤਲਬ ਪੇਮੈਂਟ ਜਿਹੜੀ ਹੋਏਗੀ ਬੋਨਸ ਫਾਰਮ ਦੇ ਵਿੱਚ ਰੀਸੀਵ ਕਰੇਗਾ ਠੀਕ ਹੈ ਜੀ ਸੋ ਇਹ ਫਾਰਮੂਲਾ ਆਪਾਂ ਨੂੰ ਪ੍ਰੋਵਾਈਡ ਕੀਤਾ ਗਿਆ ਜਿਸ ਦੇ ਬੇਸਿਸ ਤੇ ਆਪਾਂ ਜਿਹੜਾ ਹੈਲਥੀ ਪਲਾਨ ਦੁਆਰਾ ਅਰਨਿੰਗਸ ਨੇ ਉਹਨਾਂ ਨੂੰ ਫਾਈਂਡ ਆਊਟ ਕਰਾਂਗੇ E ਦਾ ਮਤਲਬ ਹੁੰਦਾ ਰਜੇ ਅਰਨਿੰਗਸ T ਇੰਟੂ R ਦਾ ਮਤਲਬ ਹੁੰਦਾ ਟੋਟ R ਦਾ ਮਤਲਬ ਹੁੰਦਾ ਜੀ ਟੋਟਲ ਅਰਨਿੰਗਸ ਠੀਕ ਹੈ ਜੀ ਐਂਡ T ਦਾ ਮਤਲਬ ਹੁੰਦਾ ਟਾਈਮ ਟੇਕਨ ठीक है एस का मतलब हूँ स्टैंडर्ड टाइम एंड टी का ऑलरेडी वी हैव डिसकस दैट इज अ टाइम टेकन ठीक है आर का मतलब की होंगे जी टोटल अर्निंग्स इन टू फिफ्टी परसेंट ठीक है सो हूँ आप इग्जाम्पल लै लैने फॉर एग्जाम्पल अ वर्कर कंप्लीट्स इज वर्क इन एट आवर्स एक वर्कर है ठीक है जोड़ा अपने कम न एट आवर कंप्लीट कर रहा है वैल स्टैंडर्ड टाइम इज टैन आवर ਠੀਕ ਹੈ ਆਪਾਂ ਨੇ ਟਾਈਮ ਪੀਰੀਅਡ ਫਿਕਸ ਕਰਤਾ ਕਿ ਇੱਕ ਕੰਮ ਨੂੰ ਫਿਨਿਸ਼ ਕਰਨ ਦਾ ਜਿਹੜਾ ਟਾਈਮ ਪੀਰੀਅਡ ਹੋਏਗਾ 10 ਆਵਰਸ ਹੋਏਗਾ ਬਟ ਫਿਰ ਵੀ ਜਿਹੜਾ ਆਪਣਾ ਇੱਕ ਵਰਕਰ ਹੈ ਉਹ ਆਪਣੇ ਮਤਲਬ ਵਰਕ ਨੂੰ 8 ਆਵਰਸ ਦੇ ਵਿੱਚ ਕੰਪਲੀਟ ਕਰ ਰਿਹਾ ਠੀਕ ਹੈ ਆਪਾਂ ਨੇ ਇੱਕ ਘੰਟੇ ਦਾ ਜਿਹੜਾ ਟਾਈਮ ਪੀਰੀਅਡ ਮਤਲਬ ਰੇਟ ਫਿਕਸ ਕੀਤਾ ਹੋਇਆ ਰੁਪੀਏ 2 ਫਿਕਸ ਕੀਤਾ ਹੋਇਆ ਹੁਣ ਆਪਾਂ ਅਰਨਿੰਗਸ ਕਿਵੇਂ ਫਾਈਂਡ ਕਰਾਂਗੇ ਇਸ ਫਾਰਮੂਲੇ ਦੇ ਅਕੋਰਡਿੰਗਲੀ T R S T R 50% ਠੀਕ ਹੈ ਜੀ ਟਾਈਮ ਟੇਕਨ ਕਿੰਨਾ ਕੀਤਾ ਉਹਨੇ 8 ਆਵਰਸ ਲੈਨੇ ਠੀਕ ਹੈ ਜੀ ਰੇਟ ਕਿੰਨਾ ਫਿਕਸ ਕੀਤਾ ਆਪਾਂ ਨੇ 2 ਰੁਪਏ 2 ਪਲੱਸ ਸਟੈਂਡਰਡ ਟਾਈਮ ਕਿੰਨਾ ਫਿਕਸ ਕੀਤਾ ਆਪਾਂ ਨੇ 10 ਆਵਰਸ ਮਾਈਨਸ ਟਾਈਮ ਟੇਕਨ ਕਿੰਨਾ ਕੀਤਾ ਉਹਨੇ 8 ਆਵਰਸ ਇੰਟੂ ਰੇਟ ਆਪਣਾ ਕਿੰਨਾ ਬਣਦਾ ਜੀ ਰੁਪਏ 2 ਇੰਟੂ 50% ਸੋ ਇਸ ਕੈਲਕੂਲੇਸ਼ਨ ਦੇ ਅਕੋਰਡਿੰਗਲੀ ਸਾਡੇ ਕੋਲ ਕਿੰਨਾ ਬਣ ਜਾਂਦਾ ਅਰਨਿੰਗਸ ਰੁਪਏ 80 ਸੋ 18 ਰੁਪਏ ਜਿਹੜੀ ਹੋਏਗੀ ਸਾਨੂੰ ਕੀ ਉਸ ਦੀਆਂ ਹੋਣਗੀਆਂ ਟੋਟਲ ਅਰਨਿੰਗਸ ਜਿਹੜੀਆਂ ਹੋਣਗੀਆਂ ਇੱਕ ਵਰਕਰ ਜਿਹੜਾ ਹੋਏਗਾ ਆਨ ਕਰੇਗਾ ਅਕੋਰਡਿੰਗ ਟੂ ਦਾ ਹੈਲਥੀ ਪਲੈਨ ਠੀਕ ਹੈ ਜੀ ਸੋ ਦਿਸ ਇਸ ਦਾ ਥੀਜ਼ ਆਰ ਦਾ ਮੈਰਿਟਸ ਮੈਰਿਟਸ ਦੇ ਵਿੱਚ ਕੀ ਹੋਏਗਾ ਫਸਟਲੀ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਜਿਹੜਾ ਮਿਨੀਮਮ 베ਜਸ ਹੋਣਗੀਆਂ ਉਹਨਾਂ ਨੂੰ ਗਾਰੰਟੀ ਪ੍ਰੋਵਾਈਡ ਕਰਦਾ ਹੈ ਕਿ ਅਗਰ ਸਪੋਜ਼ ਕੋਈ EMPLOYE ਜੋ ਵਰਕਰ ਠੀਕ ਹੈ ਤਨਾਰ ਤੋਂ ਜ਼ਿਆਦਾ ਟਾਈਮ ਪੇਰ ਲੈ ਲੈਂਦਾ ਬਟ ਫਿਰ ਵੀ ਉਸ ਨੂੰ ਕੀ ਹੋਏਗਾ ਜਿਹੜਾ 베ਜਸ ਜਿਹੜੀਆਂ ਹੋਣਗੀਆਂ ਉਹ ਇਨਸ਼ੋਰ ਹੋਏਗਾ ਕਿ ਜਿੰਨੀਆ ਮਿਨਿਮਮ ਵੇਜੇਸ ਨਹੀਂ ਹੋਤਾ 100% ਸ਼ੋਰ ਹੈ ਕਿ ਮਿਲਣਗੇ ਮਿਲਣਗੇ ਠੀਕ ਹੈ ਇਹ ਨਹੀਂ ਹੋਏਗਾ ਕਿ ਅਗਰ ਤੁਸੀਂ ਟਾਈਮ ਮਤਲਬ ਜ਼ਿਆਦਾ ਲੈ ਲਿਆ ਤਾਂ ਤੁਹਾਡੀ ਪੇਮੈਂਟ ਜਿਹੜੀ ਹੋएगी ਤੁਹਾਨੂੰ ਮਤਲਬ ਨਹੀਂ ਮਿਲੇਗੀ ਤੁਹਾਨੂੰ ਪੇਮੈਂਟ ਜਿਹੜੀ ਹੋਏਗੀ ਮਿਨਿਮਮ ਵੇਜੇਸ ਦੇ ਉਹ ਮਿਲੇਗੀ ਮਿਲੇਗੀ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰੇਗਾ ਵਰਕਰਸ ਨੂੰ ਕਿ ਥੋੜੀ ਪੇਮੈਂਟ ਜਿਹੜੀ ਤੁਹਾਨੂੰ ਸ਼ੋਰ ਹੋ ਜਾਏਗੀ ਕਿ ਤੁਹਾਨੂੰ ਮਿਲੇਗੀ ਮਿਲੇਗੀ ਨੈਕਸਟ ਆ ਜਾਂਦਾ ਹੈ ਕੈਲਕੂਲੇਸ਼ਨ ਬਹੁਤ ਈਜ਼ੀ ਹੋ ਜਾਂਦੀ ਹੈ ਇਸ ਟਾਈਮ ਫਾਰਮੂਲੇ ਦੇ ਅਕੋਰਡਿੰਗ ਹੀ ਕੈਲਕੂਲੇਸ਼ਨ ਕਰਨੀ ਹੈ ਅਰਨਿੰਗਸ ਦੀਆਂ ਜਿਹੜੇ ਵਰਕਰਸ ਹੋਣਗੇ ਉਹਨਾਂ ਨੂੰ ਕੀ ਕਰਦਾ ਜੀ ਮੋਟੀਵੇਟ ਕਰਦਾ ਹੈ ਇੰਡਿਊਸ ਕਰਦਾ ਹੈ ਕਿ ਤੁਸੀਂ ਨੇ ਵਰਕ ਜਿਹੜਾ ਅਕੋਰਡਿੰਗ ਟੂ ਦਾ ਟਾਈਮ ਪੀਰੀਅਡ ਉਸ ਤੋਂ ਪਹਿਲਾਂ ਤੁਸੀਂ ਨੇ ਵਰਕ ਪਰਫਾਰਮ ਕਰਕੇ ਦਿਖਾਉਣਾ ਤਾਂ ਕਿ ਤੁਸੀਂ ਕੀ ਕਰ ਸਕੋ ਬੋਨਸਸ ਵਗੈਰਾ ਅਰਨ ਕਰ ਸਕੋ ਇਨਸੈਂਟਿਵਸ ਜਿਹੜੇ ਹੋਣਗੇ ਐਫੀਸ਼ੀਐਂਟ ਵਰਕਰਸ ਨੂੰ ਹੀ ਮਿਲਣਗੇ ਜਿਹੜੇ ਮਤਲਬ ਐਫੀਸ਼ੀਐਂਟਲੀ ਕੰਮ ਕਰਦੇ ਨੇ ਜਾਂ ਆਪਾਂ ਕਹਾਂਗੇ ਕਿ ਜਿਹੜੇ ਵਰਕਰਸ ਆਪਣੇ ਕੰਮ ਨੂੰ ਅچھے ਤਰੀਕੇ ਨਾਲ ਪਰਫਾਰਮ ਕਰਕੇ ਦਿਖਾਣਗੇ ਕੁਆਲਿਟੀ ਵਾਈਜ਼ ਟਾਈਮ ਪੀਰੀਅਡ ਨੂੰ ਫਾਲੋ ਕਰਨਗੇ ਸਟੈਂਡਰਡ ਮਤਲਬ ਟਾਈਮ ਪੀਰੀਅਡ ਫਾਲੋ ਕਰਨਗੇ ਉਸ ਦੇ ਅਕੋਰਡਿੰਗਲੀ ਕੀ ਹੋਊਗਾ ਜਿਹੜੇ ਇਨਸੈਂਟਿਵਸ ਜਿਹੜੇ ਹੋਣਗੇ ਪ੍ਰੋਵਾਈਡ ਕੀਤੇ ਜਾਣਗੇ ਨੈਕਸਟ ਆ ਜਾਂਦਾ ਜੀ ਡੀ ਮੈਰਿਟਸ ਡੀ ਮੈਰਿਟਸ ਦੇ ਵਿੱਚ ਕੀ ਆ ਜਾਏਗਾ ਕਹਿੰਦੇ ਜਿਹੜੇ ਵਰਕਰਸ ਹੁੰਦੇ ਨੇ ਉਹਨਾਂ ਨੂੰ ਫੁੱਲ ਕੰਪਨਸੇਸ਼ਨ ਨਹੀਂ ਮਿਲਦੀ ਫॉर द ਫॉर द ਵਰਕ ਐਂਡ ਅਫਰਟਸ ਠੀਕ ਹੈ ਜੀ ਕਿਉਂ ਨਹੀਂ ਮਿਲਦੀ ਕਿਉਂਕਿ ਤੁਸੀਂ ਇਹ ਦੇਖਿਆ ਜਾਵੇ ਇਸ ਦੇ ਵਿੱਚ ਇਹ ਫਾਰਮੂਲਾ ਜਿਹੜਾ ਆਪਾਂ ਯੂਜ਼ ਕੀਤਾ ਹੈ ਜੋ ਹਮੇਸ਼ਾ 50% ਕੀਤਾ ਜਾਂਦਾ 50% ਦਾ ਮਤਲਬ ਕੀ ਹੈ ਕਿ ਜੋ ਤੁਸੀਂ ਨੇ ਟਾਈਮ ਪੀਰੀਅਡ ਲਿਆ ਹੈ ਉਸ ਦਾ ਤੁਸੀਂ 50% ਕਰਤਾ ਤੋ ਆਬਵੀਅਸ ਹੈ ਕਿ 50% ਅਗਰ ਹੋ ਹੀ ਗਿਆ ਤਾਂ ਪੇਮੈਂਟ ਜਿਹੜੀ ਹੋਏਗੀ ਅਰਨਿੰਗਸ ਜਿਹੜੀ ਹੋਣਗੇ ਉਹ ਰਿਡਿਊਸ ਹੋ ਜਾਣਗੇ ਸੋ ਇਹ ਫਰਸਟ ਪੁਆਇੰਟ ਕੀ ਕਹਿ ਰਿਹਾ ਕਿ ਵਰਕਰਸ ਨੂੰ ਜਿੰਨੀ ਉਹ ਮਤਲਬ ਆਪਣਾ ਐਫਰਟਸ ਲਗਾਉਣ ਦੇ ਉਸ ਦੇ ਅਕੋਰਡਿੰਗਲੀ ਜੈਸ ਨਾ ਵਰਕ ਕਰਦੇ ਨੂੰ ਉਸ ਦੇ ਅਕੋਰਡਿੰਗ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਮਿਲਦੀ ਹਮੇਸ਼ਾ ਕੁਆਲਿਟੀ ਜਿਹੜੀ ਹੋਏਗੀ ਸਫਰ ਕਰੇਗੀ ਕਿਉਂਕਿ ਜਿਹੜੇ ਵਰਕਰਸ ਹੋਣਗੇ ਸੋਚਣਗੇ ਕਿ ਇਸ ਨੇ ਮੈਕਸਿਮਮ ਪ੍ਰੋਡਕਸ਼ਨ ਕਰਨੀ ਹੈ ਠੀਕ ਹੈ ਅਸੀਂ ਟਾਈਮ ਪੀਰੀਅਡ ਜਿਹੜਾ ਸਾਨੂੰ ਘੱਟ ਤੋਂ ਘੱਟ ਅਗਰ ਅਸੀਂ ਕਰਦੇ ਹਾਂ ਤਾਂ ਓਬਵੀਅਸ ਹੈ ਕਿ ਸਾਨੂੰ ਪੇਮੈਂਟ ਜ਼ਿਆ ਠੀਕ ਹੈ ਸੋ ਕੁਆਲਿਟੀ ਜਿਹੜੀ ਹੋएगी ਸਫਰ ਕਰਦੀ ਹੈ ਕੈਲਕੂਲੇਸ਼ਨ ਕਰਨੀ ਉਹ ਅਨਸਰਟਿਫਿਕ ਲੱਗਦੀ ਹੈ ਠੀਕ ਹੈ ਇਹ ਮਤਲਬ ਇਨਾ ਜ਼ਿਆਦਾ ਇਹ ਲੱਗਦਾ ਨਹੀਂ ਹੈਗਾ ਕਿ ਇੱਕ ਜਿਹੜਾ ਮੈਥਡ ਫੋਲੋ ਕੀਤਾ ਜਾ ਰਿਹਾ ਹੈ ਇਟ ਇਜ਼ ਅ ਗੁੱਡ ਮੈਥਡ ਠੀਕ ਹੈ ਜੀ ਅਨਸਰਟਿਫਿਕ ਬੇ ਦੇ ਨਾਲ ਮੈਥਡ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਹਮੇਸ਼ਾ ਜਿਹੜੇ ਆਪਣੇ এমਪਲੋਇਰ ਤੇ EMPLOYEES ਹੁੰਦੇ ਨੇ ਜਦੋਂ ਵੀ ਉਹਨਾਂ ਨੇ ਬੈਨੀਫਿਟਸ ਦੀ ਗੱਲ ਕੀਤੀ ਜਾਂਦੀ ਹੈ ਕਿ ਕਿੰਨਾ ਸ਼ੇਅਰ ਕੀਤਾ ਜਾਏਗਾ ਉਸ ਦੇ ਵਿੱਚ ਹਮੇਸ਼ਾ ਲੜਾਈ ਚੱਕ ਦੇ ਜਿਹੜੇ ਡਿਸਪਿਊਟਸ ਜਿਹੜੇ ਹੁੰਦੇ ਨੇ ਰਾਈਜ਼ ਹੋ ਜਾਂਦੇ ਨੇ ਸੋ ਥਿਸ ਇਜ਼ ਦਾ ਫਰਸਟ ਮੈਥਡ Uh, which is uh, explained uh, under the individual financial incentive. Thank you.